ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਚੀਮਾ ਨੇ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਬਿਹਾਰ ਤੋਂ ਆਉਣ ਵਾਲੀ ਲੇਬਰ ਦੀ ਮੈਡੀਕਲ ਜਾਂਚ ਕਰਾਉਣ ਤਾਂ ਜੋ ਪੰਜਾਬ ਵਿੱਚ ਚਮਕੀ ਬਿਮਾਰੀ ਫੈਲ ਨਾ ਸਕੇ। ਚੀਮਾ ਮੁਤਾਬਕ ਝੋਨੇ ਦੇ ਸੀਜ਼ਨ ਕਾਰਨ ਵੱਡੀ ਗਿਣਤੀ ਵਿੱਚ ਬਿਹਾਰ ਤੋਂ ਲੇਬਰ ਪੰਜਾਬ ਆਉਣ ਵਾਲੀ ਹੈ। ਬਿਹਾਰ ਦੇ ਜਿਹੜਾ ਵਾਇਰਸ ਫੈਲਿਆ ਹੋਇਆ ਹੈਗਾ ਔਰ ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਆ, ਵੱਡੀ ਪੱਧਰ ਤੇ ਬਿਹਾਰ ਤੋਂ ਲੇਬਰ ਕਰਨ ਦੇ ਲੋਕ ਪੰਜਾਬ 'ਚ ਆਉਂਦੇ ਨੇ, ਹਰੇਕ ਸਾਲ ਆਉਂਦੇ ਨੇ ਔਰ ਇਸ ਵਾਰ ਵੀ ਆ ਰਹੇ ਨੇ। ਉਹਨਾਂ ਦੇ ਨਾਲ ਬੱਚੇ ਵੀ ਆਉਂਦੇ ਨੇ, ਫੈਮਲੀਆਂ ਵੀ ਆਉਂਦੇ ਨੇ। ਮੈਂ ਸਮਝਦਾ ਪੰਜਾਬ ਸਰਕਾਰ ਨੂੰ ਕੋਈ ਪ੍ਰਕੋਸ਼ਨ ਮਈਅਰ ਅਪਣਾਉਣੇ ਚਾਹੀਦੇ ਨੇ, ਕੋਈ ਨਾ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਕਰਨਾ ਚਾਹੀਦਾ ਜਿਹੜੇ ਵੀ ਪ੍ਰਵਾਸੀ ਮਜ਼ਦੂਰ ਪੰਜਾਬ 'ਚ ਆ ਰਹੇ ਨੇ ਉਹਨਾਂ ਕੋਲ ਮੈਡੀਕਲ ਚੈੱਕਅਪ ਹੋਵੇ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਕਿਹੜੇ ਬੱਚੇ ਜਾਂ ਵਿਅਕਤੀ ਉਸ ਵਾਇਰਸ ਦਾ ਸ਼ਿਕਾਰ ਨੇ ਤਾਂ ਕਿ ਉਹ ਵਾਇਰਸ ਜਿਹੜਾ ਹੈਗਾ ਪੰਜਾਬ 'ਚ ਨਾ ਫੈਲ ਸਕੇ। ਔਰ ਮੇਰੀ ਪੰਜਾਬ ਸਰਕਾਰ ਨੂੰ ਗੁਜ਼ਾਰਿਸ਼ ਹੈਗਾ ਕਿ ਤੁਰੰਤ ਪ੍ਰਵਾਸੀ ਜਿਹੜੇ ਮਜ਼ਦੂਰ ਆ ਰਹੇ ਨੇ ਉਹਨਾਂ ਤੁਰੰਤ ਮੈਡੀਕਲ ਕਰਾਇਆ ਜਾਵੇ, ਪੂਰੇ ਪੰਜਾਬ ਦੇ ਵਿੱਚ ਮੈਡੀਕਲ ਕੈਂਪ ਲਾਏ ਜਾਣ ਸਟੇਸ਼ਨਾਂ ਦੇ ਉੱਤੇ, ਬੱਸ ਸਟੈਂਡਾਂ ਦੇ ਉੱਤੇ, ਤਾਂ ਕਿ ਉਹਨਾਂ ਮੈਡੀਕਲ ਹੋ ਕੇ ਤਾਂ ਜਾ ਕੇ ਉਹ ਲੇਬਰ ਕਰ ਸਕੇ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।